ਮੈਂ ਅੱਜ ਫਿਰ ਗੱਲ ਦੁਹਰਾਉਣੀ ਚਾਹੁੰਦਾ, ਮੈਂ ਕਿਸੇ ਪਾਰਟੀ ਦਾ ਆਗੂ ਨਹੀਂ ਬਣਨਾ, ਮੈਂ ਪ੍ਰਧਾਨ ਨਹੀਂ ਬਣਨਾ, ਪਰ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਇਹ ਜੋੜ ਜੋੜਨੇ ਜਿਹੜੇ ਕਨੈਕਸ਼ਨ ਟੁੱਟੇ ਪਏ ਨੇ। ਕੋਈ 30 ਸਾਲ ਤੋਂ 31 ਸਾਲ ਤੋਂ ਰਾਜੋਆਣਾ ਬੈਠਾ ਹੈ, ਕਹਿੰਦਾ ਦਿਓ ਮੈਨੂੰ ਫਾਂਸੀ, ਕੋਈ ਜਗਤਾਰ ਸਿੰਘ ਹਵਾਰਾ ਬੈਠਾ ਹੈ, ਉਹਨੇ 30 ਸਾਲਾਂ 'ਚ 2 ਵਾਰੀ ਘਰੇ ਫੋਨ ਕੀਤਾ, 2 ਵਾਰੀ। ਤੁਹਾਡੇ ਕੋਲ ਸ਼ਕਤੀ ਦਾ ਘਾਟਾ ਹੀ ਨਹੀਂ, ਇਸੇ ਕਰਕੇ ਹੀ ਤਾਂ ਹਿੰਦ ਸਰਕਾਰ ਡਰੀ ਹੋਈ ਹੈ। ਕੀ ਸੀ ਅੰਮ੍ਰਿਤਪਾਲ ਸਿੰਘ ਕੋਲੇ? ਕੋਈ ਹਥਿਆਰ ਫੜਿਆ, ਕੋਈ ਲਿਟਰੇਚਰ ਫੜਿਆ, ਕੋਈ ਕੇਸ ਪਾਇਆ ਉਹਦੇ ਤੇ, ਕੋਈ ਬੰਦਾ ਮਾਰਿਆ ਸੀ, ਕੋਈ ਮਰਡਰ ਹੋਇਆ, ਕੁਝ ਵੀ ਨਹੀਂ ਹੋਇਆ। ਇਹ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕਹਿੰਦਾ ਮੈਂ ਜੱਟਾਂ ਦਾ ਮੁੰਡਾ, ਮੈਂ ਪੇਂਡੂ ਹਾਂ, ਮੈਂ ਘਰਾਂ ਚੋਂ ਹਾਂ, ਮੈਂ ਤੁਹਾਡੇ ਚੋਂ ਹਾਂ, ਮੈਂ ਗਰੀਬਾਂ ਚੋਂ ਹਾਂ, ਉਹ ਮਿਲਣ ਦਾ ਸਮਾਂ ਹੀ ਨਹੀਂ ਦਿੰਦਾ ਵੀ ਆਹ ਬੰਦੇ ਤੁਸੀਂ ਕਾਹ ਤੋਂ ਰੱਖੇ ਆ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 20ਵੀਂ ਸਦੀ ਦੇ ਮਹਾਨ ਜਰਨੈਲ, ਅਣਖੀ ਯੋਧੇ, ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ, ਸੱਚਖੰਡ ਵਾਸੀ ਬਾਬਾ ਜਗਵਿੰਦਰ ਸਿੰਘ ਜੀ ਦੀ 31ਵੀਂ ਬਰਸੀ 'ਤੇ 71 ਹੋਏ ਗੁਰੂ ਖਾਲਸਾ ਜੀ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕੰਮ ਦੀ ਬਹੁਤ ਰੁੱਤ ਹੈ, ਮੈਨੂੰ ਸਰਦਾਰ ਬੂਟਾ ਸੋਹਣਾ ਨੇ, ਹੋਰ ਕਈਆਂ ਨੇ ਸਲਾਹ ਵੀ ਦਿੱਤੀ ਸੀ ਵੀ ਆਪਾਂ ਥੋੜ੍ਹਾ ਜਿਹਾ ਐਰਕੀ ਦਾ ਸਾਲ ਬਰਸੀ ਦੀ ਡੇਟ ਚੇਂਜ ਕਰ ਲਈਏ, ਪਰ ਆਪਾਂ ਕੁਝ ਸਾਲ ਪਹਿਲਾਂ ਇਹ ਪੱਕਾ ਕੀਤਾ ਸੀ ਵੀ ਨਹੀਂ ਆਪਾਂ 18 ਨਵੰਬਰ ਨੂੰ ਹੀ ਬਾਬਾ ਜੀ ਦੀ ਬਰਸੀ ਮਨਾਉਣੀ ਆ। ਮੈਂ ਧੰਨਵਾਦ ਕਰਦਾ ਫਿਰ ਵੀ ਸੈਂਤਾਂ, ਭਾਵੇਂ ਕਿਸਾਨ ਮੰਡੀਆਂ 'ਚ ਬੈਠੇ ਨੇ, ਬਿਜਾਈ ਦੀ ਰੁੱਤ ਹੈ, ਵੱਡੀ ਗਿਣਤੀ 'ਚ ਫਿਰ ਵੀ ਤੁਸੀਂ ਦੂਰ ਦੁਰਾਡਿਆਂ ਤੋਂ ਪਹੁੰਚੇ ਹੋ, ਧੰਨਵਾਦ ਤੁਹਾਡਾ। ਮੈਂ ਵਿੱਚੋਂ ਹੀ ਟਾਈਮ ਲਿਆ ਕੁਝ ਜ਼ਰੂਰੀ ਗੱਲਾਂ ਤਾਂ ਕਿ ਜਿਹੜੇ ਆਉਣ ਵਾਲੇ ਬੁਲਾਰੇ ਆ ਉਹ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਲੈਣ। ਸੋ ਮੇਰੇ ਤੋਂ ਪਹਿਲਾਂ ਬਹੁਤ ਹੀ ਬਾਬਾ ਜੀ ਨੂੰ ਸ਼ਰਧਾਂਜਲੀਆਂ ਦਿੰਦਿਆਂ, ਬੜੀਆਂ ਕੰਮ ਦੀਆਂ ਗੱਲਾਂ ਕਹੀਆਂ ਗਈਆਂ, ਭਵਿੱਖ 'ਚ ਆਪਣੇ ਕੰਮ ਆਉਣ ਵਾਲੀਆਂ ਨੇ, ਕਿਉਂਕਿ ਬਾਬਾ ਜੀ ਦਾ ਜੀਵਨ ਦੇ ਵਿੱਚ ਜਿਨ੍ਹਾਂ ਨੇ ਸਾਥ ਮਾਣਿਆ ਉਹ ਬਾਬਾ ਜੀ ਬਾਰੇ ਜਾਣਦੇ ਨੇ। ਰਾਜਨੀਤੀ ਦੇ ਇਸ ਖੇਤਰ ਵਿੱਚ ਵਿਚਰਦਿਆਂ ਹੋਇਆਂ ਵੱਡੀ ਪਹਿਲ ਧਰਮ ਨੂੰ ਦਿੱਤੀ, ਆਪ 5 ਪਿਆਰਿਆਂ 'ਚ ਲੱਗ ਕੇ ਅੰਮ੍ਰਿਤ ਛਕਾਉਂਦੇ ਰਹੇ, ਅੰਮ੍ਰਿਤ ਦੀ ਲਹਿਰ ਵਿੱਚ ਕਈ ਕਈ ਜੱਥੇ ਤਿਆਰ ਕੀਤੇ, ਵੱਡੀ ਪੱਧਰ 'ਤੇ ਧਰਮ ਪ੍ਰਚਾਰ ਕੀਤਾ। ਔਰ ਇਹ ਕਿਹਾ ਕਰਦੇ ਸਨ ਕਿ ਧਰਮ ਪ੍ਰਚਾਰ ਦੇ ਵਿੱਚੋਂ ਹੀ ਰਾਜਨੀਤੀ ਦੀਆਂ ਵੱਡੀਆਂ ਪ੍ਰਾਪਤੀਆਂ ਹੋ ਜਾਇਆ ਕਰਦੀਆਂ, ਇਹ ਉਹਨਾਂ ਦਾ ਮੰਨਣਾ ਸੀ। ਸਤਿਸੰਗ ਜੀ ਮੈਂ 2 ਬੇਨਤੀਆਂ ਹੀ ਕਰਨੀਆਂ, ਮੈਂ ਆਪਣੇ ਜੀਵਨ ਵਿੱਚੋਂ ਕੁਝ ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਵਾਰੀ ਮੇਰਾ ਖਿਆਲ ਸਨ 65-66 ਦੀ ਗੱਲ ਹੈ, ਅਸੀਂ ਖੇਤ ਸਾਂ,
ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਉਦੋਂ ਸ਼ਾਦੀ ਵੀ ਨਹੀਂ ਹੋਈ ਸੀ, ਵਿਆਹ ਨਹੀਂ ਸੀ ਹੋਇਆ ਹਲੇ। ਸ਼ਾਮ ਦੇ ਸਮੇਂ ਮੈਨੂੰ ਉਹਦੇ ਲਾਲਟਨ ਸਾਫ ਕਰ, ਰਾਤ ਨੂੰ ਮੈਂ ਪਾਠ ਕਰਨਾ, ਕਿਉਂਕਿ ਸਹਿਜ ਪਾਠ ਪਹਿਲੇ ਦੂਸਰੀਆਂ ਸੈਂਚੀਆਂ ਤੋਂ ਕਰਿਆ ਕਰਦੇ ਸਨ ਤੇ ਮੋਟਰ ਵਾਲੀ ਕੋਠੜੀ ਦੇ ਵਿੱਚ ਹੀ ਕਹਿੰਦੀ ਇੱਥੇ ਹੀ ਬੈਠ ਕੇ ਮੈਂ ਪਾਠ ਕਰਨਾ। ਤੇ ਉਦੋਂ ਕੁਝ ਬਚਨ ਕਹੇ, ਮੈਂ ਚੰਗੀ ਤਰ੍ਹਾਂ ਲਾਲਟਨ ਸਾਫ ਕੀਤੀ, ਤੇਲ ਪਾਇਆ, ਤਿਆਰ ਕੀਤਾ, ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਨੇ ਪਾਠ ਕਰਨ ਬਹਿਣਾ ਸੀ, ਕੁਝ ਬਚਨ ਕੀਤੇ, ਮੈਂ ਉਹ ਸਾਂਝੇ ਨਹੀਂ ਕਰਨਾ ਚਾਹੁੰਦਾ, ਮੈਂ ਉਹ ਬਾਬਾ ਜੀ ਨਾਲ ਵੀ ਕੀਤੇ। ਤੇ ਬਾਬਾ ਜੀ ਨੇ ਅਗਲੇ ਦਿਨ ਕਿਹਾ, ਜਰਨੈਲ ਸਿੰਘ ਆ ਤੂੰ ਬਚਨ ਸੰਕੋਚ ਕੇ ਕਰਿਆ ਕਰ। ਇਹ ਹੁਣ ਇਹ ਭੇਦ ਗੁਰਸਿੱਖੀ ਦੇ ਨੇ, ਮੰਜ਼ਲਾਂ ਦੇ ਨੇ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਦੋਂ ਬਾਅਦ ਲਗਭਗ ਕਿ ਸਾਲ ਬੋਲੇ ਹੀ ਨਹੀਂ ਕਿਸੇ ਨਾਲ, ਕੰਮ ਦੀ ਗੱਲ ਜ਼ਰੂਰ ਕਰ ਲੈਂਦੇ, ਉਹਨਾਂ ਨੇ ਮੌਨ ਨਹੀਂ ਸੀ ਰੱਖਿਆ ਪਰ ਗੱਲ ਨਹੀਂ ਸੀ ਕਰਦੇ। ਜੇ ਕਿਤੇ ਬੁਲਾਉਣਾ ਵੀ ਕਹਿਣਾ, ਨਹੀਂ ਬਾਪੂ ਜੀ ਨੇ ਕਿਹਾ ਵੀ ਘੱਟ ਬੋਲਿਆ ਕਰ। ਮੈਂ ਬਹੁਤ ਕਿਹਾ ਵੀ ਐਂ ਨਹੀਂ ਕਿਹਾ ਘੱਟ ਬੋਲਿਆ ਕਰ, ਵੀ ਸੰਕੋਚ ਕੇ ਬੋਲਿਆ ਕਰ, ਕਿਸੇ ਨੂੰ ਇਹੋ ਜਿਹੀ ਗੱਲ ਨਾ ਲੱਗ ਜਾਏ ਜਿਹੜੀ ਤੁਹਾਡੇ ਕਹਿਣ ਦੇ ਨਾਲ ਪੂਰੀ ਹੋਵੇ। ਖੈਰ ਉਦੋਂ ਤੋਂ ਸਾਡੇ ਪਰਿਵਾਰ ਨੂੰ ਫਿਰ ਪਿੰਡ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਹ ਕੋਈ ਸਧਾਰਨ ਵਿਅਕਤੀ ਨਹੀਂ ਗਾ, ਇਹਦੀ ਕਈਆਂ ਜਨਮਾਂ ਦੀ ਤਪੱਸਿਆ ਹੈ, ਇਹ ਜੋ ਕਹਿੰਦਾ ਮੂੰਹ ਚੋਂ ਨਿਕਲ ਜਾਂਦਾ ਉਹ ਪੂਰਾ ਹੋ ਜਾਂਦਾ, ਇਹ ਆਮ ਹੀ ਪਤਾ ਲੱਗ ਗਿਆ ਸੀ। ਸਾਧ ਸਿੰਘ ਜੀ ਇਹੋ ਜਿਹੀਆਂ ਘਟਨਾਵਾਂ ਕੁਝ, ਭਾਈ ਜਗਜੀਤ ਸਿੰਘ ਵਾਲੀ ਘਟਨਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਕੁਝ ਘਰ ਵਿੱਚ ਵਾਪਰੀਆਂ ਜਿਹਦੇ ਵਿੱਚ ਬਾਬਾ ਜੀ ਬਿਲਕੁਲ ਸਹਿਜ ਅਵਸਥਾ 'ਚ ਰਹੇ, ਬਿਲਕੁਲ ਹੀ ਸਹਿਜ। ਸਾਡੇ ਚਾਚਾ ਜੀ ਮਾਸਟਰ ਜੀ ਜਿਹੜਾ ਉਹਨਾਂ ਦਾ ਪਹਿਲਾ ਵਿਆਹ ਸੀ ਉਹਦੇ 'ਚੋਂ ਚਾਰ ਬੱਚੇ ਉਹਨਾਂ ਦੇ ਪੂਰੇ ਹੋ ਗਏ, ਜਿਹੜਾ ਚੌਥਾ ਬੱਚਾ ਸੀ ਉਹਦਾ ਨਾਮ ਮਨਜੀਤ ਸਿੰਘ ਸੀ, ਉਹ 4 ਸਾਲ ਦਾ ਹੋਇਆ, ਬੜਾ ਸੋਹਣਾ ਬੋਲਦਾ ਤੁਰਦਾ ਫਿਰਦਾ, ਇੱਕ ਦਿਨ ਉਹ ਵੀ ਪੂਰਾ ਹੋ ਗਿਆ। ਤੇ ਬਾਬਾ ਜੀ ਨੇ ਚੁੱਪ ਚਾਪ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ, ਉਹਦਾ ਸੰਸਕਾਰ ਕੀਤਾ, ਅਖੰਡ ਪਾਠ ਕੀਤਾ ਤੇ ਸਭ ਨੂੰ ਧਰਵਾਸ ਦਿੱਤਾ, ਕਹਿੰਦੇ ਕਿਸੇ ਵਹਿਮ 'ਚ ਨਾ ਪੈ ਜਿਓ, ਇਹ ਗੁਰੂ ਦਾ ਹੁਕਮ ਹੈ, ਗੁਰੂ ਦਾ ਭਾਣਾ ਹੈ। ਸਾਧ ਸਿੰਘ ਜੀ ਉਦੋਂ ਐਂ ਲੱਗਦਾ ਸੀ ਕਿ ਬਾਬਾ ਜੀ ਨਾ ਰੋਏ, ਨਾ ਬਾਬਾ ਜੀ ਦੇ ਚਿਹਰੇ 'ਤੇ ਕੋਈ ਪ੍ਰਭਾਵ ਪਿਆ। ਫਿਰ ਉਸ ਤੋਂ ਬਾਅਦ ਤਾਂ ਜਿੰਨੀਆਂ ਘਟਨਾਵਾਂ, ਬਹੁਤ ਵੱਡੀਆਂ ਘਟਨਾਵਾਂ ਘਟੀਆਂ ਪਰ ਬਾਬਾ ਜੀ ਸਹਿਜ ਵਿੱਚ ਰਹੇ। ਇਹ ਇੱਕ ਇੰਤਹਾ ਸੀ ਜਿਹੜੀ ਭਾਈ ਗੁਰਦੀਪ ਸਿੰਘ ਨੇ ਗੱਲ ਦੱਸੀ ਹੈ ਨਾ ਕਿ ਭਾਈ ਜਗਜੀਤ ਸਿੰਘ ਜਿਹੜੇ ਬੜੇ ਹੋਣਹਾਰ ਆਗਿਆਕਾਰੀ ਸੁਗੜ ਸਿਆਣੇ ਸਿਆਸਤਦਾਨ ਸੀ, ਤੇ ਜਦੋਂ ਔਰ ਮੈਂ ਇਹ ਵੀ ਸਮਝਦਾ ਕਿ ਬਾਬਾ ਜੀ ਦੀ ਬਹੁਤ ਵੱਡੀ ਸਿਆਸੀ ਵਿਰਾਸਤ ਸੀ ਭਾਈ ਜਗਜੀਤ ਸਿੰਘ, ਜਦੋਂ ਉਹਨਾਂ ਦੀ ਲਾਸ਼ ਪਈ ਸੀ ਤੇ ਸੁਭਾਵਕ ਹੀ ਇੱਕ ਪਿਤਾ ਦੇ ਨਾਤੇ ਚਿਹਰਾ ਬਦਲ ਸਕਦਾ ਸੀ, ਵਿਚਾਰ ਬਦਲ ਸਕਦੇ ਸੀ, ਘਬਰਾਹਟ ਆ ਸਕਦੀ ਸੀ,
ਦੂਸਰੇ ਪਾਸੇ ਸਮੁੱਚੇ ਅਕਾਲੀ ਦਲ ਵਿੱਚ, ਸੰਯੁਕਤ ਅਕਾਲੀ ਦਲ ਦੇ ਵਿੱਚ ਬੈਠੇ ਨੇ ਬੂਟਾ ਸਿਓਣੀ, ਰਾਜਦੀਪ ਸਿੰਘ ਹੋਣੀ, ਗੁਰਦੀਪ ਸਿਓਣੀ, ਤੁਸੀਂ ਸਾਰੇ ਬੈਠੇ ਹੋ। ਬੜਾ ਜੋਸ਼ ਤੇ ਆ ਭਾਈ ਦਇਆ ਸਿੰਘ ਵਰਗੇ ਕਈ ਖਾੜਕੂ ਜਿਹੜੇ ਦਰਜਨਾਂ ਦੀ ਗਿਣਤੀ ਵਿੱਚ ਹਾਜ਼ਰ ਸੀ, ਵੀ ਬਾਬਾ ਜੀ ਥੋੜ੍ਹਾ ਜਿਹਾ ਇਸ਼ਾਰਾ ਕਰ ਦਿਓ, ਇੱਕ ਪਲਾਂ ਦੇ ਵਿੱਚ ਅਸੀਂ ਬਦਲਾ ਲੈ ਸਕਦੇ ਹਾਂ। ਬੜੇ ਹਾਲਾਤ ਇਸ ਤਰ੍ਹਾਂ ਦੇ ਸੀ, ਪਰ ਬਾਬਾ ਜੀ ਨੇ ਕਿਹਾ ਕਿਹਨੂੰ ਮਾਰਾਂਗੇ, ਕਿਹਦੇ ਤੋਂ ਬਦਲਾ ਲਵਾਂਗੇ, ਇੱਕ ਗ੍ਰਹਿ ਯੁੱਧ ਪੈਦਾ ਹੋ ਜਾਊ, ਆਪਸ ਵਿੱਚ ਲੜ ਕੇ ਮਰਾਂਗੇ। ਨਹੀਂ, ਜੇ ਕਿਸੇ ਨੇ ਗਲਤੀ ਕੀਤੀ ਪਰਮਾਤਮਾ ਸਮਰਥ ਬਖਸ਼ੇ ਉਹਨੂੰ ਅਰਦਾਸ ਕਰੋ। ਤੇ ਦੂਸਰੇ ਬੰਨੇ ਜੋ ਕੌਮ ਦਾ ਇੱਕ ਪ੍ਰੋਗਰਾਮ ਦਿੱਤਾ ਹੈ ਪੰਜਾਬ ਅਸੈਂਬਲੀ ਦੇ ਘਰਾਓ ਦਾ, ਉਹਦੇ ਵਿੱਚ ਤਬਦੀਲੀ ਨਹੀਂ ਕਰਨੀ। ਸਾਰੇ ਹੈਰਾਨ, ਬਾਬਾ ਜੀ ਛੱਡੋ ਫਿਰ ਪ੍ਰੋਗਰਾਮ ਦਿੱਤਾ ਜਾਊ। ਕਹਿੰਦੇ ਨਹੀਂ, ਇਹ ਮੇਰਾ ਘਰ ਦਾ ਪ੍ਰੋਗਰਾਮ ਨਹੀਂ, ਇਹ ਕੌਮ ਦਾ ਪ੍ਰੋਗਰਾਮ ਹੈ। ਸਤਿਸੰਗਤ ਜੀ, ਇਹ ਫੈਸਲੇ, ਇਹਨਾਂ ਫੈਸਲਿਆਂ 'ਤੇ ਖੜਨਾ ਬੜਾ ਔਖਾ ਹੁੰਦਾ ਹੈ, ਪਰ ਤੁਸੀਂ ਸਾਰਿਆਂ ਨੇ ਵੇਖਿਆ ਇਹੀ ਇੱਕ ਕਾਰਨ ਸੀ ਕਿ ਪਰਮਾਤਮਾ ਦੀ ਉਹਨਾਂ 'ਤੇ ਇੰਨੀ ਪ੍ਰਸੰਨਤਾ ਹੋਈ ਕਿ ਸਿਰਫ 4 ਸਾਲਾਂ ਦੇ ਵਿੱਚ ਏਡੀ ਵੱਡੀ ਤਬਦੀਲੀ, ਏਡਾ ਵੱਡਾ ਸਹਿਯੋਗ, ਸਾਰੀਆਂ ਹੀ ਖਾੜਕੂ ਜਥੇਬੰਦੀਆਂ, ਸਾਰੀਆਂ ਪੰਥਕ ਜਥੇਬੰਦੀਆਂ, ਸੰਤ ਸਮਾਜ, ਸਾਰੀਆਂ ਫੈਡਰੇਸ਼ਨਾਂ ਇੱਕ ਥਾਂ 'ਤੇ ਐਂ ਇਕੱਠੀਆਂ ਹੋ ਗਈਆਂ, ਬਾਬਾ ਜੀ ਜੋ ਕਹਿਣ ਅਸੀਂ ਕਰਨਾ ਹੈ। ਅਤੇ ਫਿਰ ਉਹ ਤਬਦੀਲੀਆਂ ਤੁਹਾਡੇ ਸਾਹਮਣੇ ਆਈਆਂ, ਸਾਰੇ ਐਮ ਪੀ ਤੋਂ ਕੁਝ ਤੁਹਾਡੇ ਸਹਿਯੋਗ ਨਾਲ ਅਤੇ ਕੁਝ ਸਿੱਧੇ ਤੌਰ 'ਤੇ ਤੁਹਾਡੇ ਐਮ ਪੀ ਜਿੱਤੇ, ਜਿਨ੍ਹਾਂ ਵਿੱਚੋਂ ਅੱਜ ਵੀ ਸਰਦਾਰ ਰਾਜਦੇਵ ਸਿੰਘ ਇੱਥੇ ਬੈਠੇ ਨੇ। ਇਹ ਵੱਡੀਆਂ ਤਬਦੀਲੀਆਂ ਸੀ। ਮੈਂ ਅੱਜ ਦੀ ਗੱਲ 'ਤੇ ਆਉਣਾ ਚਾਹੁੰਦਾ, ਸਤਿਕਾਰਯੋਗ ਚਾਚਾ ਹਰਜੀਤ ਸਿੰਘ ਦੇ ਭੋਗ 'ਤੇ ਮੈਂ ਕੁਝ ਬੇਨਤੀਆਂ ਕੀਤੀਆਂ ਸੀ, ਮੈਂ ਉਹ ਦੁਹਰਾਉਣੀਆਂ ਚਾਹੁੰਦਾ ਕਿ ਕੋਈ ਅਸੀਂ ਉਹ ਗੱਲ ਛੱਡੀ ਨਹੀਂ। ਮੇਰੇ ਛੋਟੇ ਵੀਰ ਦਲ ਖਾਲਸਾ ਦੇ ਭਾਈ ਮੰਡ ਨੇ ਬੜੀਆਂ ਉੱਚੀਆਂ ਸੁੱਚੀਆਂ ਅਤੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਨੇ, ਮੈਂ ਸਤਿਕਾਰ ਕਰਦਾ ਉਹਨਾਂ ਦਾ। ਪਿਛਲੀ ਵਾਰੀ ਮੈਂ ਕਿਹਾ ਸੀ ਤੁਹਾਨੂੰ ਕਿ ਆਪਾਂ ਤਕੜੇ ਹੋਈਏ, ਆਪਾਂ ਇੱਥੇ ਰਾਜ ਭਾਜ ਸਥਾਪਿਤ ਕਰਨਾ ਹੈ, ਆਪਣੇ ਕੋਲ ਕਰਨ ਵਾਲੇ ਬਹੁਤ ਕੰਮ ਨੇ, 40-40 ਸਾਲ ਤੁਹਾਡੇ ਵੀ ਲੰਘ ਗਏ ਸਿਆਸਤ ਦੇ ਵਿੱਚ, ਜਿਵੇਂ ਚੱਲਦਿਆਂ ਚੱਲਦਿਆਂ ਪੈਰਾਂ ਦੇ ਜੋੜੇ ਘਸ ਜਾਂਦੇ ਆ ਨਾ, ਆਏ ਆਪਣੇ ਸਰੀਰ ਘਸ ਗਏ, ਪਰ ਮੈਨੂੰ ਐਂ ਲੱਗਦਾ ਹੈ ਕਿ ਆਪਾਂ ਇਸ ਮੰਜ਼ਿਲ 'ਤੇ ਪਹੁੰਚਾਂਗੇ। ਕਈ ਬੁਲਾਰੇ ਨੇ ਪਹਿਲਾਂ ਵੀ, ਕਈਆਂ ਦੇ ਬਾਅਦ 'ਚ ਵੀ ਵਲਵਲੇ ਨੇ, ਮੈਂ ਅੱਜ ਫਿਰ ਗੱਲ ਦੁਹਰਾਉਣੀ ਚਾਹੁੰਦਾ, ਮੈਂ ਕਿਸੇ ਪਾਰਟੀ ਦਾ ਆਗੂ ਨਹੀਂ ਬਣਨਾ, ਮੈਂ ਪ੍ਰਧਾਨ ਨਹੀਂ ਬਣਨਾ, ਪਰ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਇਹ ਜੋੜ ਜੋੜਨੇ ਜਿਹੜੇ ਕਨੈਕਸ਼ਨ ਟੁੱਟੇ ਪਏ ਨੇ, ਇਹ ਮੇਰੀ ਮਨਸ਼ਾ ਹੈ। ਕੋਈ ਛੋਟੀ ਗੱਲ ਥੋੜ੍ਹੀ ਆ, ਤੁਸੀਂ ਵੇਖੋ ਖਾਲਸਾ ਜੀ, ਕੋਈ 30 ਸਾਲ ਤੋਂ 31 ਸਾਲ ਤੋਂ ਰਾਜੋਆਣਾ ਬੈਠਾ ਹੈ, ਕਹਿੰਦਾ ਦਿਓ ਮੈਨੂੰ ਫਾਂਸੀ, ਕੋਈ ਜਗਤਾਰ ਸਿੰਘ ਹਵਾਰਾ ਬੈਠਾ ਹੈ, ਉਹਨੇ 30 ਸਾਲਾਂ 'ਚ 2 ਵਾਰੀ ਘਰੇ ਫੋਨ ਕੀਤਾ, 2 ਵਾਰੀ। ਇਹੋ ਜਿਹੇ ਬੰਦੇ ਤੁਹਾਡੇ ਕੋਲ ਸ਼ਕਤੀ ਦਾ ਘਾਟਾ ਹੀ ਨਹੀਂ, ਇਸੇ ਕਰਕੇ ਹੀ ਤਾਂ
ਹਿੰਦ ਸਰਕਾਰ ਡਰੀ ਹੋਈ ਆ। ਕੀ ਸੀ ਅੰਮ੍ਰਿਤਪਾਲ ਸਿੰਘ ਕੋਲੇ? ਕੋਈ ਹਥਿਆਰ ਫੜਿਆ, ਕੋਈ ਲਿਟਰੇਚਰ ਫੜਿਆ, ਕੋਈ ਕੇਸ ਪਾਇਆ ਉਹਦੇ ਤੇ, ਕੋਈ ਬੰਦਾ ਮਾਰਿਆ ਸੀ, ਕੋਈ ਮਰਡਰ ਹੋਇਆ? ਕੁਝ ਵੀ ਨਹੀਂ ਹੋਇਆ। ਤੁਹਾਡੇ ਇਕੱਠਾਂ ਨੇ, ਤੁਹਾਡੀ ਬੋਲੇ ਸੋ ਨਿਹਾਲ ਨੇ, ਤੁਹਾਡੇ ਜਕਾਰਿਆਂ ਨੇ, ਤੁਹਾਡੇ ਬਾਣੇ ਨੇ, ਅੰਮ੍ਰਿਤ ਦੀ ਲਹਿਰ ਨੇ ਹਿੰਦ ਸਰਕਾਰ ਡਰਾਤੀ। ਉਹਨੂੰ ਫੜ ਕੇ ਡਿਬਰੂਗੜ੍ਹ ਜੇਲ੍ਹ ਭੇਜਤਾ। ਚਲੋ ਉਹਨੂੰ ਤਾਂ ਭੇਜਿਆ, ਆ 25-26 ਅੰਮ੍ਰਿਤਸਰ ਜੇਲ੍ਹ 'ਚ ਫੜ ਕੇ ਪਾਤੇ, ਜਿਹੜੇ ਕਿਸੇ ਗੱਲ 'ਚ ਹੀ ਨਹੀਂ। ਜਿਹੜਾ ਕੇਸ ਨਿਕੰਮਾ ਜਿਹਾ ਪਾਇਆ ਨਾ ਅਜਨਾਲੇ ਦਾ, ਉਹਨਾਂ 'ਚੋਂ 11 ਬੰਦੇ ਅਜਨਾਲੇ ਗਏ ਹੀ ਨਹੀਂ। ਇਹ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਹੜਾ ਕਹਿੰਦਾ ਮੈਂ ਜੱਟਾਂ ਦਾ ਮੁੰਡਾ, ਮੈਂ ਪੇਂਡੂ ਹਾਂ, ਮੈਂ ਘਰਾਂ 'ਚੋਂ ਹਾਂ, ਮੈਂ ਤੁਹਾਡੇ 'ਚੋਂ ਹਾਂ, ਮੈਂ ਗਰੀਬਾਂ 'ਚੋਂ ਹਾਂ, ਉਹ ਮਿਲਣ ਦਾ ਸਮਾਂ ਹੀ ਨਹੀਂ ਦਿੰਦਾ ਵੀ ਆਹ ਬੰਦੇ ਤੁਸੀਂ ਕਾਹਤੋਂ ਰੱਖੇ ਆ, ਇਹ ਕਿਉਂ ਫੜਿਆ। ਇੱਕ ਚਿੱਠੀ ਲਿਖ ਦਿੰਦਾ ਵੀ ਇਹਨਾਂ ਦੀ ਜਿਹੜੀ ਹੈ NSA ਦੀ ਤਰੀਕ ਵਧਾ ਦਿਓ, ਮੈਨੂੰ ਖਤਰਾ, ਪੰਜਾਬ ਨੂੰ ਖਤਰਾ। ਜੇ ਪੰਜਾਬ ਨੂੰ ਖਤਰਾ ਹੁੰਦਾ ਤਾਂ ਖਡੂਰ ਸਾਹਿਬ ਦੀ ਸੰਗਤ, ਸਾਧ ਸੰਗਤ ਦੀ ਲੱਖਾਂ ਵੋਟਾਂ 'ਤੇ ਉਹਨੂੰ ਲੀਡ ਦੇ ਦਿੰਦੇ, ਉਹਨਾਂ ਤੋਂ ਖਤਰਾ ਹੈ ਨਹੀਂ। ਇੱਕੋ ਅਮਰ ਸ਼ਹੀਦ ਭਾਈ ਬੇਅੰਤ ਸਿੰਘ, ਜਿਹਦਾ ਆਪਾਂ ਨਾਂ ਲਿਆ ਇਸ ਜ਼ਿਲ੍ਹੇ 'ਚ ਫਰੀਦਕੋਟ ਦੇ ਵਿੱਚ, ਤੁਸੀਂ ਹਨੇਰੀ ਲਿਆਤੀ, ਆਹ ਬੈਠਾ ਭਾਈ ਸਰਬਜੀਤ ਸਿੰਘ, ਇਹਦਾ ਮਤਲਬ ਜੋ ਮੰਡ ਸਾਹਿਬ ਨੇ ਕਿਹਾ, ਕਮੀ ਕਿੱਥੇ ਆ? ਕਮੀ ਤਾਂ ਤੁਹਾਡੇ 'ਚ ਨਹੀਂ ਹੈ। ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਅੱਜ ਤੁਹਾਡੀ ਇਸ ਲਹਿਰ ਤੋਂ ਬਾਅਦ, ਠੀਕ ਹੈ, ਜਦੋਂ ਲਹਿਰ ਬਣਦੀ ਹੈ ਨਾ, ਸਾਡੇ ਦੁਸ਼ਮਣ ਵੀ ਬੜੇ ਤੇਜ਼ ਤਰਾਰ ਦਿਮਾਗ ਰੱਖਦੇ ਨੇ, ਉਹਨਾਂ ਨੇ ਸਾਡੇ ਕਿੱਥੇ ਫੁੱਟ ਪਾਉਣੀ ਹੈ, ਕਿੱਥੇ ਸਾਨੂੰ ਆਪਸੀ ਲੜਾਉਣਾ ਹੈ, ਕਿੱਥੇ ਮਤਭੇਦ ਪੈਦਾ ਕਰਨੇ ਨੇ, ਉਹ ਤਾਂ ਬੈਠੀ ਇਸ ਕੰਮ 'ਤੇ ਨੇ। ਪਰ ਮੈਂ ਇਸ ਗੱਲ 'ਤੇ ਫਖਰ ਮਹਿਸੂਸ ਕਰਦਾ ਕਿ ਤੁਹਾਡੀ ਇੱਥੋਂ ਦੀ ਜਿੱਤ ਤੋਂ ਬਾਅਦ ਜਿਹੜੇ 15-15 ਸਾਲ ਤੋਂ ਚੁੱਪ ਬੈਠੇ ਸੀ ਨਾ ਵਿਦੇਸ਼ਾਂ 'ਚ ਜਾ ਕੇ, ਜਿਨ੍ਹਾਂ ਨੇ ਇਹ ਸੰਘਰਸ਼ ਵੇਖਿਆ, ਸੰਘਰਸ਼ ਹੰਢਾਇਆ, ਸੰਘਰਸ਼ ਨੂੰ 4 ਸਵੇਰੋਂ ਜਾਣਦੇ ਨੇ, ਉਹ ਫਿਰ ਸਰਗਰਮ ਹੋ ਗਏ ਵੀ ਨਹੀਂ, ਆਪਾਂ ਵਰਡ ਪੱਧਰ 'ਤੇ ਇੱਕ ਇਹੋ ਜਿਹੀ ਇੱਕ ਨੀਤੀ ਬਣਾਈਏ ਕਿ ਸਿੱਖ ਕੋਈ ਛੋਟੀ ਕੌਮ ਨਹੀਂ, ਗਿਣਤੀ 'ਤੇ ਥੋੜ੍ਹੋ ਗੱਲ ਹੁੰਦੀ ਹੈ। ਤੁਸੀਂ ਜਿੱਧਰ ਨਜ਼ਰ ਮਾਰੋ, ਅੱਜ ਜੇ ਹਿੰਦ ਸਰਕਾਰ ਨੂੰ ਕਿਸੇ ਨੇ ਘੇਰਿਆ ਹੈ, ਕਿਸੇ ਨੇ ਕਟਹਿਰੇ 'ਚ ਖੜਾ ਕੀਤਾ ਹੈ, ਤਾਂ ਤੁਹਾਡੀ ਖਾਲਸਾ ਕੌਮ ਨੇ ਕੀਤਾ। ਕਿਉਂਕਿ ਤਾਂ ਜਿੱਥੇ ਮਰਜ਼ੀ ਸਾਡਾ ਸ਼ਿਕਾਰ ਕਰਦੇ ਸੀ, ਇੱਥੇ ਬਥੇਰਾ ਸ਼ਿਕਾਰ ਹੋਇਆ ਸਾਡਾ, ਬੇਅੰਤ ਸੂਰਮੇ ਯੋਧੇ ਸਾਡੇ ਫੜ ਫੜ ਕੇ ਸ਼ਹੀਦ ਕਰ ਦਿੱਤੇ ਗਏ। ਪਰ ਇੱਥੋਂ ਦੀ ਆਦਤ ਦੇ ਮੁਤਾਬਕ ਇਹਨਾਂ ਨੇ ਆਪਣੀਆਂ ਸਾਜ਼ਿਸ਼ਾਂ ਦੇ ਤਹਿਤ ਜਦੋਂ ਹਰਦੀਪ ਸਿੰਘ ਨਿੱਜਰ ਵਰਗੇ ਬੰਦਿਆਂ ਦਾ ਕਤਲ ਕੀਤਾ, ਤਾਂ ਉਹਨਾਂ ਸਰਕਾਰਾਂ ਨੇ ਫੜ ਕੇ ਕਟਹਿਰੇ 'ਚ ਖੜੇ ਕਰ ਲਏ ਵੀ ਇੱਥੇ ਨਹੀਂ ਕਰ ਸਕਦੇ, ਇਹ ਸਾਡੇ ਨਾਗਰਿਕ ਹੈ, ਇੱਥੇ ਨਹੀਂ ਮਾਰ ਸਕਦੇ ਤੁਸੀਂ ਇਹਨਾਂ ਨੂੰ। ਪਰ ਡਰੇ ਹੋਏ ਇੰਨੇ ਵੀ ਜੇ ਇਹਨਾਂ ਦਾ ਇਕੱਠ ਹੋਣ ਲੱਗਾ, ਗੋਲ ਦਮਾਂਦੇ ਵਾਲੇ ਇਹਨਾਂ ਪਾਰਟੀਆਂ ਦੇ ਪ੍ਰਧਾਨ ਬਣਨ ਲੱਗੇ, ਜੇ ਇੱਥੇ ਸੱਜਣ ਸਿੰਘ ਵਰਗੇ ਡਿਫੈਂਸ ਮਿਨਿਸਟਰ ਬਣਨ ਲੱਗੇ,
ਤੇ ਕਿੰਨਿਆਂ ਕੁ ਨੂੰ ਦਵਾਵਾਂਗੇ। ਇਸ ਗੱਲੋਂ ਹੀ ਘਬਰਾਏ ਪਏ ਨੇ। ਸਾਨੂੰ ਜਿਸ ਪਾਸੇ ਨੂੰ ਨੀਤੀ ਬਣ ਰਹੀ ਆ, ਜਿਸ ਪਾਸੇ ਨੂੰ ਸੋਚ ਵੱਧ ਰਹੀ ਹੈ, ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਚੰਗਾ ਹੋਏਗਾ, ਤੁਹਾਡਾ ਉਜਲਾ ਹੋਏਗਾ। ਅਸੀਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਜੋ ਕੁਛ ਘਟਨਾਕ੍ਰਮ ਚੱਲ ਰਿਹਾ ਨਾ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਇਹ ਜੀ ਅਕਾਲ ਤਖ਼ਤ ਸਾਹਿਬ ਨੇ ਇੰਨੀ ਦੇਰੀ ਕਰਤੀ ਜੀ, ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਨਹੀਂ ਲਾਈ ਜੀ, ਫਲਾਨਾ ਜੀ, ਧੀਂਗੜਾ ਜੀ, ਇਹਦੇ ਨਾਲ ਕੀ ਹੋਣ ਲੱਗਾ? ਇਹ ਤੁਸੀਂ ਰੱਦ ਕਰ ਦਿੱਤੇ ਆ। ਹੁਣ ਤਾਂ ਉਹ ਆਪਣੇ ਪਾਸਚੋ ਤਾਵੇ ਦੀ ਸਜ਼ਾ ਲਵਾਉਣੀ ਹੈ, ਲਵਾ ਲਏਗਾ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪੂਰੀ ਜਦੋਂ ਹੋਏਗੀ ਕਰ ਲਏਗੀ। ਇਹ ਸਾਡਾ ਵਿਸ਼ਾ ਨਹੀਂ ਹੈ। ਅਸੀਂ ਬੜਾ ਸਮਾਂ ਰਹਿੰਦਿਆਂ ਉਹਨਾਂ ਨੂੰ ਇਹ ਸਲਾਹਾਂ ਦਿੱਤੀਆਂ ਸੀ ਕਿ ਜਦੋਂ ਤੁਹਾਡੇ ਕੋਲ MLA ਹੀ ਦੋ ਰਹਿ ਗਏ, ਅਸਤੀਫਾ ਦੇ ਦਿਓ। ਆਪ ਤਾਂ ਕਹਿੰਦੇ ਆ ਇਹ ਪਾਰਟੀ ਕਿਸੇ ਦੇ ਪਿਓ ਦੀ ਨਹੀਂ, ਇਹ ਪਾਰਟੀ ਕਿਸੇ ਦੇ ਘਰ ਦੀ ਨਹੀਂ, ਕਿਸੇ ਦੀ ਜਾਇਦਾਦ ਨਹੀਂ, ਪਰ ਛੱਡੇ ਕਿਹੜਾ? ਛੱਡਣ ਨੂੰ ਕੋਈ ਤਿਆਰ ਨਹੀਂ। ਪਰ ਜਿਸ ਢੰਗ ਦੇ ਨਾਲ ਖਾਲਸਾ ਪੰਥ ਨੇ ਛਡਾਈ ਹੈ ਨਾ ਇਹ ਪਾਰਟੀ ਦੀ ਪ੍ਰਧਾਨਗੀ, ਇਹ ਵੀ ਤੁਹਾਡੀ ਮਿਸਾਲ ਹੈ, ਤੁਹਾਡੀ ਜਿਉਂਦੀ ਜਾਗਦੀ ਜ਼ਮੀਰ ਹੈ। ਪਰ ਮੈਂ ਕਹਿੰਦਾ ਆਉਣ ਵਾਲਾ ਸਮਾਂ ਸਾਨੂੰ ਸਭ ਨੂੰ ਆਪਸੀ ਕੜੱਤਣ ਭੁਲਾ ਕੇ, ਮੈਂ ਸ਼ਾਬਾਸ਼ ਦਿੰਦਾ ਜਥੇਦਾਰ ਗੁਰਦੀਪ ਸਿੰਘ ਨੂੰ, ਕਦੇ ਬੱਸਾਂ 'ਤੇ, ਕਦੇ ਟ੍ਰੇਨਾਂ 'ਤੇ, ਕਦੇ ਉਹ ਇੱਕ ਪਤਾ ਨਹੀਂ ਬਿਨਾਂ ਹੀ ਪੈਟਰੋਲ ਤੋਂ ਕਾਰ ਜੇ ਲਈ ਉਹ ਰਾਹ 'ਚ ਖੜੀ ਹੁੰਦੀ ਆ, ਪਤਾ ਨਹੀਂ ਉਹਨੂੰ ਫੜ ਫੁੜ ਕੇ ਕਿਤੇ ਕਿਤੇ ਪਹੁੰਚਦਾ, ਕਿਤੇ ਰਾਹ 'ਚ ਹੀ ਹੁੰਦਾ, ਪਰ ਦਿਨ ਰਾਤ ਤੁਰਿਆ ਹੋਇਆ ਵੀ ਆਪਾਂ ਕਿਤੇ ਨਾ ਕਿਤੇ ਤਾਂ ਪਹੁੰਚਾਂਗੇ ਹੀ ਨਾ। ਕਈ ਮੈਂ ਇਹੋ ਜਿਹੇ ਮਸਲੇ ਵੇਖੇ ਜਿਹੜੇ ਇਹਦੇ ਨਹੀਂ, ਇਹਦੀ ਸੋਚ ਦੇ ਵਿਰੁੱਧ ਸਿਰਜ ਦਿੱਤੇ ਗਏ, ਉਹਨਾਂ ਨਾਲ ਵੀ ਖੜ ਗਿਆ ਵੀ ਨਹੀਂ ਚਲੋ, ਮਸਲਾ ਤਾਂ ਪੰਥ ਦਾ ਹੀ ਹੈ ਨਾ, ਮੇਰੀ ਤੁਸੀਂ ਨਹੀਂ ਮੰਨੀ ਕੋਈ ਗੱਲ ਨਹੀਂ, ਮੈਂ ਫਿਰ ਤੁਹਾਡੇ ਨਾਲ ਖੜ ਜਾਂਦਾ। ਜਦੋਂ ਇਹੋ ਜਿਹੇ ਬੰਦੇ ਆਪਣੇ 'ਚ ਹੈਗੇ ਆ ਨਾ, ਫਿਰ ਆਪਾਂ ਮੰਜ਼ਿਲ 'ਤੇ ਪਹੁੰਚਾਂਗੇ। ਕਈ ਵਾਰੀ ਮਨ 'ਚ ਮਿਟਾ ਆਉਂਦੇ ਆ, ਕੜਤਨਾ ਪੈਦਾ ਹੋ ਜਾਂਦੀਆਂ, ਗੁੱਸੇ ਗਿਲੇ ਹੋ ਜਾਂਦੇ ਨੇ, ਪਰ ਬੰਦੇ ਤਾਂ ਆਪਾਂ ਪੰਥ ਦੇ ਹੀ ਹੈ ਨਾ। ਸੋ ਇਸ ਵਾਸਤੇ ਹੁਣ ਜਿਹੜੇ ਜੇਲ੍ਹਾਂ 'ਚ ਬੰਦੇ ਬੈਠੇ ਆ, ਬੰਦੀ ਸਿੰਘ ਜਿਨ੍ਹਾਂ ਦੀ ਖਾਤਰ ਤੁਸੀਂ ਬੜੇ ਲੰਮੇ ਸਮੇਂ ਤੋਂ ਮੋਹਾਲੀ 'ਚ ਮੋਰਚਾ ਲਾਇਆ, ਬੜੇ ਮੈਮੋਰੈਂਡਮ ਦਿੱਤੇ ਆ, ਬੜੇ ਰੋਸ ਮਾਰਚ ਕੀਤੇ ਆ, ਉਹਨਾਂ ਦੀ ਵੀ ਇੱਕ ਸੋਚ ਬਦਲੀ ਹੋਈ ਹੈ, ਬੰਦੀ ਸਿੰਘਾਂ ਦੀ ਵੀ ਆਪਾਂ ਕੋਈ ਇਸ ਵਾਸਤੇ ਨਹੀਂ ਬੰਦੀ ਸਿੰਘ ਬਣੇ ਕਿ ਅਸੀਂ ਆਪਸ ਵਿੱਚ ਹੀ ਲੜੀ ਜਾਣਾ, ਅਸੀਂ ਕੋਈ ਕ੍ਰੈਡਿਟ ਲੈਣਾ ਨਹੀਂ, ਉਹ ਵੀ ਸਮਝ ਕੇ ਕਿ ਕੌਮ ਨੂੰ ਮੰਝ ਧਾਰ 'ਚੋਂ ਕੱਢਣਾ, ਆਪਾਂ ਇੱਕ ਮੰਜ਼ਿਲ 'ਤੇ ਪਹੁੰਚਣਾ। ਜਦੋਂ ਇੰਨੀਆਂ ਧਾਰਾਵਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣ ਨਾ, ਫਿਰ ਥੋੜ੍ਹਾ ਬਹੁਤਾ ਸਮਾਂ ਤਾਂ ਲੱਗ ਜਾਂਦਾ ਹੈ, ਪਰ ਚੜ੍ਹਦੀ ਕਲਾ ਵਸ਼ ਹੋਏਗੀ। ਇਹੀ ਕਾਰਨ ਹੈ ਜੇ ਆਪਾਂ 31 ਸਾਲ ਤੋਂ ਨਿਰੰਤਰ ਬਾਬਾ ਜਗਿੰਦਰ ਸਿੰਘ ਦੀ ਬਰਸੀ ਮਨਾਉਂਦੇ ਹਾਂ। ਕਾਰਨ ਕੀ ਆ ਕਿ ਉਸ ਬਾਬੇ ਦੀ ਮਿਹਨਤ ਵਿੱਚੋਂ ਸਾਨੂੰ ਕੁਝ ਨਾ ਕੁਝ ਤਾਂ ਹਰ ਵਾਰ ਮਿਲਦਾ ਹੀ ਹੈ ਨਾ, ਅਸੀਂ ਇਕੱਠੇ ਹੁੰਦੇ ਹਾਂ। ਆ ਤੁਸੀਂ ਅਮਰਧਾਰੀ ਸਿੰਘ ਸਾਰੇ ਇਕੱਠ ਕਰਦੇ ਆ, ਕੋਈ ਵਿਚਾਰ ਹੁੰਦੀ ਹੈ, ਵਿਚਾਰ ਦੇ ਵਿੱਚੋਂ ਮੰਥਨ ਹੁੰਦਾ, ਕੁਛ ਨਿਕਲਦਾ, ਇਸ ਵਾਸਤੇ ਇਕੱਠੇ ਹੁੰਦੇ ਨਾ। ਇਸ ਵਾਸਤੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਹੀ ਬੇਨਤੀ ਕਰੋ ਕਿ ਜਦੋਂ ਆਪਣੇ ਸਾਰਿਆਂ ਵਿੱਚ ਇਤਫਾਕ ਨਜ਼ਰ ਆਇਆ ਸਾਧ ਸੰਗਤ ਜੀ, ਫਿਰ ਸਾਡੇ ਚੁਣੇ ਹੋਏ MP ਵੀ ਬਾਹਰ ਆ ਜਾਣਗੇ।
ਫਿਰ 31 ਸਾਲਾਂ ਤੋਂ ਜੇਲ੍ਹ ਦੇ ਵਿੱਚ ਲੰਮਾ ਸਮਾਂ ਬੰਦੀਆਂ ਬੰਦੀ ਸਿੰਘ ਬਣੇ ਹੋਏ ਉਹ ਵੀ ਬਾਹਰ ਆ ਜਾਣਗੇ। ਸਾਧ ਸਿੰਘ ਜੀ ਤੁਸੀਂ ਦੇਖੋ ਤੁਹਾਡੇ ਹੀ ਨੌਜਵਾਨ ਬਲਿਊ ਸਟਾਰ ਤੋਂ ਲੈ ਕੇ ਜਲਾਵਤਨੀ ਦੀਆਂ ਜ਼ਿੰਦਗੀਆਂ ਕੱਟਦੇ ਰਹੇ ਪਰ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਕਿੰਨੇ ਸਿੰਘ ਨੇ ਜਿਨ੍ਹਾਂ ਨੇ ਘਰ ਬਾਰ ਛੱਡ ਦਿੱਤੇ ਪਰ ਕੌਮ ਦੀ ਖਾਤਰ ਕਦੇ ਉਹਨਾਂ ਨੇ ਲਾਂਭਾ ਦਿੱਤਾ ਵੀ ਸਾਡਾ ਕੀ ਕੀਤਾ ਸਾਡਾ ਕੀ ਬਣਿਆ? ਨਹੀਂ, ਜਦੋਂ ਉਹਨਾਂ ਦਾ ਸੁਨੇਹਾ ਆਉਂਦਾ ਸੀ ਤੇ ਇਹੀ ਆਉਂਦਾ ਸੀ ਕੌਮ ਦਾ ਕੀ ਬਣਿਆ, ਕੌਮ ਲਈ ਕੀ ਕਰ ਰਹੇ ਹਾਂ। ਇਹ ਕੋਈ ਛੋਟੀਆਂ ਗੱਲਾਂ ਨਹੀਂ, ਬਹੁਤ ਵੱਡੀਆਂ ਗੱਲਾਂ ਹੈ। ਇਸ ਵਾਸਤੇ ਆਉਣ ਵਾਲੇ ਸਮੇਂ 'ਚ ਵੀ ਸਾਡੇ ਯਤਨ ਜਾਰੀ ਹੈ। ਬਹੁਤ ਜਲਦੀ ਆਪਾਂ ਇੱਕ ਪਲੇਟਫਾਰਮ ਤਿਆਰ ਕਰ ਲਵਾਂਗੇ ਜਿਹੜਾ ਕੁਰਬਾਨੀਆਂ ਵਾਲਿਆਂ ਦਾ, ਜਿਵੇਂ ਆ ਮੰਡ ਨੇ ਕਿਹਾ ਨਾ ਕਿ ਉਹ ਬੰਦੇ ਸੀ ਜਿਹੜੇ ਕੌਮ ਲਈ ਕੁਝ ਕਰ ਗੁਜ਼ਰਨਾ ਚਾਹੁੰਦੇ ਨੇ, ਉਹਨਾਂ ਦਾ ਪਲੇਟਫਾਰਮ ਤਿਆਰ ਕਰ ਲਾਂਗੇ ਆਪਾਂ, ਕੋਈ ਫਿਕਰ ਨਾ ਕਰੋ। ਹਾਂ, ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿ ਆਪਾਂ ਨੂੰ ਸ਼ਕਤੀ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਣੀ, ਹੋਰ ਕਿਤੋਂ ਸ਼ਕਤੀ ਨਹੀਂ ਮਿਲਣੀ। ਗੁਰਬਾਣੀ ਪੜ੍ਹਿਆ ਕਰੋ, ਅੰਮ੍ਰਿਤਧਾਰੀ ਹੋਵੋ, ਜਿਨ੍ਹਾਂ ਨਿਤਨੇਮ ਕਰਦੇ ਉਹਦੇ ਤੋਂ ਇੱਕ ਜਪਜੀ ਸਾਹਿਬ ਦਾ ਪਾਠ ਵਧਾ ਦਿਓ ਇੱਕ ਸਿਰਫ, ਇਹਦੇ ਨਾਲ ਹੀ ਆਪਾਂ ਨੂੰ ਸ਼ਕਤੀ ਮਿਲ ਜਾਊਗੀ। ਅਤੇ ਉਹਦੇ ਨਾਲ ਆਪਾਂ ਜਦੋਂ ਸਿਰ ਜੋੜ ਕੇ ਬੈਠਾਂਗੇ ਸਤਿਗੁਰੂ ਆਪਾਂ ਨੂੰ ਫਤਿਹ ਬਖਸ਼ੂਗਾ, ਇਹੀ ਬਾਬਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਮੇਰੇ ਤੋਂ ਬਾਅਦ ਬਹੁਤ ਸਾਰੇ ਚੰਗੇ ਬੁਲਾਰਿਆਂ ਨੇ ਬੋਲਣਾ, ਜਾਣਾ ਨਹੀਂ ਉੱਠ ਕੇ ਵੀ ਸਿੰਘ ਸਾਹਿਬ ਤਾਂ ਬੋਲ ਅਟੇ ਹੁਣ, ਮੈਂ ਵੀ ਇੱਥੇ ਹੀ ਹਾਂ ਅਤੇ ਤੁਸੀਂ ਸਾਰਿਆਂ ਨੇ ਆਉਣ ਵਾਲੀਆਂ ਵਿਚਾਰਾਂ ਸੁਣਨੀਆਂ। ਭਾਈ ਸਰਸੋਂ ਜ਼ਿਆਦਾ ਸਿੰਘ ਬਹਿ ਨਹੀਂ ਸਕਦੇ, ਉਹਨਾਂ ਨੂੰ ਬੇਨਤੀ ਹੈ ਬਾਬਾ ਜੀ ਨੂੰ ਕਿ ਉਹਨਾਂ ਨੂੰ ਸੰਤਾਂ ਮਹਾਂਪੁਰਖਾਂ ਵੱਲੋਂ ਸਿਰੋਪੋ ਦਵਾ ਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇ। ਮੈਨੂੰ 2-3 ਵਾਰੀ ਕਹਿ ਚੁੱਕੇ ਸਿੰਘ ਸਾਹਿਬ ਇੱਥੋਂ ਵਿਆਹ ਨਹੀਂ ਜਾਣਾ, ਮੈਂ ਕੋਈ ਨਹੀਂ ਥੋੜ੍ਹਾ ਚਿਰ ਹੋਰ ਦਰਸ਼ਨ ਮੇਲਾ ਕਰ ਸੰਗਤਾਂ ਦਾ। ਸੋ ਉਹਨਾਂ ਨੂੰ ਸਿਰੋਪੋ ਦੇ ਕੇ ਸਨਮਾਨ ਦੇ ਕੇ ਸੋ ਆਪਾਂ ਉਹਨਾਂ ਨੂੰ ਵੈਗੀ ਦੇਵਾਂਗੇ। ਬਾਕੀ ਆਪਾਂ ਜਿੰਨੇ ਬੁਲਾਰੇ ਨੇ, 4-5 ਬੁਲਾਰੇ ਰਹਿੰਦੇ ਨੇ, ਸਾਡੇ MP ਸਾਹਿਬ ਨੇ ਬੋਲਣਾ ਹੈ, ਸਾਡੇ MP ਸਾਹਿਬ ਦੇ ਪਿਤਾ ਜੀ ਨੇ ਬੋਲਣਾ ਹੈ, ਸਾਡੇ ਸਾਬਕਾ MP ਨੇ ਬੋਲਣਾ ਹੈ, ਇੰਨੇ ਬੁਲਾਰੇ ਵਧੀਆ ਤੋਂ ਵਧੀਆ ਸਾਡੇ ਬੂਟਾ ਸਿੰਘ ਨੇ ਬੋਲਣਾ, ਹੋਰ ਕਈ ਬੁਲਾਰੇ ਹਲੇ ਸਾਧ ਸਿੰਘ ਜੀ, ਆਪਾਂ ਸਾਰਿਆਂ ਨੂੰ ਸੁਣ ਕੇ ਜਾਣਾ, ਸਾਰੀ ਵਿਚਾਰ ਇਕੱਠੀ ਕਰਕੇ ਜਾਣਾ ਹੈ। ਅਤੇ ਦਾਸ ਨੂੰ ਖਿਮਾ ਬਖਸ਼ੋ, ਸਾਰੀਆਂ ਹੀ ਸੰਗਤਾਂ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਗੱਜ ਕੇ ਬੁਲਾਇਓ ਫਤਿਹ, ਸਾਰੀ ਸੰਗਤ ਗੱਜ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।